ਆਖਿਆ ਹੈ ਸੂਰਮੇ ਡਟੇ ਬਾਡਰਾਂ ਤੇ ਦੁਨੀਆ ਦਰਸ਼ਨ ਕਰਦੀ ਹੈ। ਕਿੰਨਾ ਸਮਾਂ ਲੱਗ ਗਿਆ ਤੁਹਾਡਾ ਇਸ ਟਰਾਲੀ ਨੂੰ ਤਿਆਰ ਕਰਨ ਦੇ? 15-20 ਦਿਨ ਲੱਗੇ ਸੀ ਜੀ। 15-20 ਦਿਨ? ਹਾਂਜੀ। ਤਾਂ ਕਿੰਨਾ ਕੁ ਖਰਚਾ ਜਿਹੜਾ ਇਸ ਟਰਾਲੀ? ਖਰਚਾ 2,00,000 ਰੁਪਇਆ ਆ ਗਿਆ ਸੀ ਜੀ। ਮਿਹਨਤੀ ਕਰਕੇ ਤੇ ਅਸੀਂ ਇਹ ਚੀਜ਼ਾਂ ਆਪਦੇ ਸ਼ੌਂਕ ਪੂਰੇ ਕਰਦੇ ਆਂ। ਜੇ ਅਬਾਨੀ ਦੀ ਘਰ ਵਾਲੀ 3,00,000 ਦੇ ਕੱਪ ਦੇ ਵਿੱਚ ਚਾਹ ਪੀ ਸਕਦੀ ਆ ਤੇ ਕੀ ਗੱਲ, ਅਸੀਂ ਨਹੀਂ ਇਹ ਚੀਜ਼ਾਂ ਆਪਦੀਆਂ ਬਣਾ ਸਕਦੇ ਆਪਦੀ ਮਿਹਨਤ ਕਰਕੇ? ਕਿ ਇਹ ਟਰਾਲੀ ਦਾ ਜਿਹੜਾ ਦ੍ਰਿਸ਼ ਹੈਗਾ ਕਿ 5-star ਹੋਟਲ ਜਿਸ ਤਰ੍ਹਾਂ ਹੁੰਦੇ ਨੇ ਉਸੇ ਤਰ੍ਹਾਂ ਇਹ ਟਰਾਲੀ ਹੈ ਜਿਹੜੀ ਉਹ ਬਣੀ ਹੋਈ ਹੈ। ਇੱਕ ਪਾਸੇ ਸੋਫਾ ਵੀ ਪਿਆ ਤੁਸੀਂ ਦੇਖ ਸਕਦੇ ਹੋ, ਤਾਂ ਬੈੱਡ ਵੀ ਲੱਗੇ ਹੋਏ ਨੇ, ਅੱਗੇ LCD ਲਾਈ ਹੋਈ ਆ, AC ਵੀ ਲੱਗ ਚੁੱਕਾ ਤੁਸੀਂ ਦੇਖ ਸਕਦੇ ਹੋ। ਵੀ ਸਾਰਾ ਹੀ ਪ੍ਰਬੰਧ ਆ ਜਿਹੜਾ ਉਹ ਵਧੀਆ ਤਰੀਕੇ ਨਾਲ ਕੀਤਾ। ਬਾਪੂ ਜੀ ਕਿੰਨੀ ਲੰਬੀ ਟਰਾਲੀ ਹੈਗੀ ਹੈ ਜੀ? 20 ਫੁੱਟ। 20 ਫੁੱਟ ਲੰਬੀ? ਹਾਂ 20 ਫੁੱਟ ਆ ਜੀ। ਅਤੇ ਹੁਣ ਅਸੀਂ ਤਾਂ ਚਲੋ ਠੀਕ ਆ, ਅਸੀਂ ਪੈਸੇ ਲਾ ਕੇ ਲਾ ਸਕਦੇ ਸੀ ਅਤੇ ਅਸੀਂ ਟਰਾਲੀ ਬਣਾ ਲਈ। ਹੁਣ ਤੁਸੀਂ ਜਾ ਕੇ ਦੇਖੋ ਆਸੇ ਪਾਸੇ ਕਈ ਕਿੱਦਾਂ ਦੇ ਵਿਚਾਰੇ ਝੁੱਗੀਆਂ ਦੇ ਵਿੱਚ ਬੈਠੇ ਆ। ਰੰਗਲਾ TV ਦੇਖ ਰਹੇ ਸਾਰੇ ਹੀ ਦੇਸ਼ ਦੇ ਦਰਸ਼ਕਾਂ ਦਾ ਮੈਂ ਹਰਜੀਤ ਕੌਰ ਸਵਾਗਤ ਕਰਦੀ ਹਾਂ। ਦਰਸ਼ਕੋ, ਤੁਸੀਂ ਦੇਖਿਆ ਕਿ ਤੁਹਾਨੂੰ ਕਿਸਾਨੀ ਅੰਦੋਲਨ ਦੇ ਰੰਗ ਦਿਖਾ ਰਹੇ ਸੀ, ਜਿੱਥੇ ਗਰਮੀਆਂ ਨੂੰ ਲੈ ਕੇ ਤੁਸੀਂ ਦੇਖਿਆ ਕਿ ਵੱਖਰੇ ਵੱਖਰੇ ਤਰੀਕੇ ਨਾਲ ਘਰ ਇਸ ਕਿਸਾਨੀ ਅੰਦੋਲਨ ਵਿੱਚ ਸਿਰਜੇ ਜਾ ਰਹੇ ਨੇ, ਤਾਂ ਉੱਥੇ ਹੀ ਟਰਾਲੀਆਂ ਦੀ ਗੱਲ ਕਰਦੇ, ਜਿਹੜੀਆਂ ਟਰਾਲੀਆਂ ਸਮਾਨ ਢੋਣ ਦੇ ਲਈ ਕਿਸਾਨ ਵਰਤਦੇ ਸੀ, ਉਹ ਅੱਜ ਤੁਸੀਂ ਦੇਖ ਸਕਦੇ ਇੱਕ ਵਧੀਆ 5-star ਹੋਟਲ ਦੇ ਵਾਂਗੂ ਤਬਦੀਲ ਕਰ ਦਿੱਤੀਆਂ ਗਈਆਂ ਨੇ। ਤੁਹਾਨੂੰ ਦਿਖਾਵਾਂਗੇ, ਸਾਡੇ ਸਾਹਮਣੇ ਤੁਸੀਂ ਇੱਕ ਟਰਾਲੀ ਦੇਖ ਸਕਦੇ ਹੋ। ਗਰਮੀ ਨੂੰ ਦੇਖਦਿਆਂ ਹੋਏ ਇਸ ਟਰਾਲੀ ਨੂੰ ਬੜੇ ਵਧੀਆ ਤਰੀਕੇ ਨਾਲ 5-star ਹੋਟਲ ਵਾਂਗੂ ਸਿਰਜ ਕੇ ਰੱਖ ਦਿੱਤਾ ਹੈਗਾ। ਤੁਸੀਂ ਬਾਹਰੋਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਸ਼ੀਸ਼ੇ ਅਤੇ ਪਰਦੇ ਵੀ ਲੱਗੇ ਹੋਏ ਨੇ, ਉੱਪਰ ਲਿਖਿਆ ਹੈ ਸੂਰਮੇ ਡਟੇ ਬਾਡਰਾਂ 'ਤੇ ਦੁਨੀਆ ਦਰਸ਼ਨ ਕਰਦੀ ਹੈ। ਤਾਂ ਤੁਸੀਂ ਦੇਖ ਸਕਦੇ ਇਸ ਟਰਾਲੀ ਦਾ ਨਮੂਨਾ ਤੁਹਾਨੂੰ ਦਿਖਾਵਾਂਗੇ ਕਿ ਜਿਸ ਤਰ੍ਹਾਂ ਕਹਿ ਸਕਦੇ ਕਿ ਕਿਸਾਨ ਜਦੋਂ ਖੇਤਾਂ ਦੇ ਵਿੱਚ ਸੋਨਾ ਉਗਾ ਸਕਦਾ, ਇੱਕ ਇੰਜੀਨੀਅਰ ਕਿਸਾਨ ਹੈਗਾ, ਤਾਂ ਉਸੇ ਤਰ੍ਹਾਂ ਉਹਨਾਂ ਨੇ ਟਰਾਲੀ ਦੇ ਵਿੱਚ ਵੀ ਇੱਕ ਨਮੂਨਾ ਦਿਖਾਇਆ ਇੰਜੀਨੀਅਰਿੰਗ ਦਾ, ਕਿ ਕਿਸ ਤਰ੍ਹਾਂ ਉਹ ਹਰ ਇੱਕ ਤਰੀਕੇ ਨਾਲ ਹਰ ਇੱਕ ਪ੍ਰਕਾਰ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕੰਮ ਆ ਕਾਰਜ ਆ ਉਹ ਕਰ ਸਕਦੇ ਨੇ। ਸੋ ਤੁਹਾਨੂੰ ਦਿਖਾਵਾਂਗੇ, ਤੁਸੀਂ ਪਹਿਲਾਂ ਬਾਹਰ ਦੀ ਤਸਵੀਰ ਵੀ ਦੇਖ ਸਕਦੇ ਹੋ ਕਿ CCTV ਕੈਮਰਾ ਵੀ ਲੱਗਾ ਹੋਇਆ, ਇਹਨਾਂ ਨੇ ਬੈੱਲ ਵੀ ਲਾਈ ਹੋਈ ਹੈ ਕਿ ਰਿੰਗ ਕਰਕੇ ਹੀ ਕੋਈ ਅੰਦਰ ਹੈ ਜਿਹੜਾ ਉਹ ਆ ਸਕਦਾ ਹੈਗਾ। ਬੜੇ ਵਧੀਆ ਤਰੀਕੇ ਨਾਲ ਟਰਾਲੀ ਹੈ ਜਿਹੜੀ ਉਹ ਤਿਆਰ ਕੀਤੀ ਗਈ ਹੈ। ਤੁਹਾਨੂੰ ਦਿਖਾਵਾਂਗੇ ਕਿ ਤੁਸੀਂ ਦੇਖ ਕੇ ਖੁਦ ਕਹੋਗੇ ਕਿ ਜਿਵੇਂ ਅਸੀਂ ਕਿਸੇ 5-star ਹੋਟਲ ਦੇ ਵਿੱਚ ਆ ਜਾਈਏ। ਤਾਂ ਆਓ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੰਨੇ ਵਧੀਆ ਤਰੀਕੇ ਨਾਲ ਅੰਦਰ ਦਾ ਜਿਹੜਾ ਪ੍ਰਬੰਧ ਆ ਉਹ ਕੀਤਾ ਗਿਆ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ, ਤਾਂ ਕਿਸਾਨਾਂ ਨੇ ਵੀ ਆਪਣੇ ਪੱਕੇ ਜਿਹੜੇ ਇੰਤਜ਼ਾਮ ਆ ਉਹ ਕਰ ਲਏ ਨੇ, ਚਾਹੇ ਉਹ ਟਰਾਲੀਆਂ ਨੂੰ ਹੀ ਆਪਣੇ ਘਰ ਬਣਾ ਲਏ ਨੇ। ਤਾਂ ਤੁਸੀਂ ਦੇਖ ਸਕਦੇ ਇਸ ਟਰਾਲੀ ਦੇ ਵਿੱਚ ਉਹ ਹਰ ਫੈਸਿਲਿਟੀ ਤੁਹਾਨੂੰ ਦੇਖਣ ਨੂੰ ਮਿਲੂਗੀ ਜਿਹੜੀ ਅਸੀਂ ਇੱਕ ਘਰ ਦੇ ਵਿੱਚ ਸੋਚਦੇ ਹਾਂ। ਸਭ ਤੋਂ ਪਹਿਲਾਂ ਦੇਖ ਲਓ ਤੁਸੀਂ ਕਿ ਪਰਦੇ ਲੱਗੇ ਹੋਏ ਨੇ, ਰੂਮ ਫਰੈਸ਼ਨਰ ਵੀ ਰੱਖਿਆ ਹੋਇਆ। ਤਾਂ ਦੂਸਰੇ ਪਾਸੇ ਤੁਹਾਨੂੰ ਦਿਖਾਉਂਦੇ ਹਾਂ ਕਿ ਇੱਥੇ ਮਾਈਕ੍ਰੋਵੇਵ ਓਵਨ ਦੀ ਗੱਲ ਕਰਦੇ ਹਾਂ, AC ਵੀ ਲੱਗਾ, ਇਨਵੇਟਰ ਵੀ ਹੈ ਅਤੇ ਫਰਿੱਜ ਵੀ ਹੈ। ਤਾਂ ਨਾਲ ਤੁਸੀਂ ਦੇਖ ਸਕਦੇ ਜ਼ਰੂਰੀ ਵਸਤਾਂ ਜਿੰਨੀਆਂ ਵੀ ਅਸੀਂ ਘਰ ਦੇ ਵਿੱਚ ਦੇਖਦੇ ਹਾਂ ਤਾਂ ਉਹ ਸਾਰੀਆਂ ਹੀ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਸਕਦੀਆਂ ਨੇ। ਪੱਕਾ ਵਧੀਆ ਤਰੀਕੇ ਨਾਲ ਜਿਹੜਾ ਪ੍ਰਬੰਧ ਕੀਤਾ, LCD ਲੱਗੀ ਹੋਈ ਹੈ, ਗੇਮ ਸਿਸਟਮ ਹੈਗਾ ਕਿ ਤੁਸੀਂ ਇੱਥੇ ਆਪਣਾ ਇੰਜੋਇਮੈਂਟ ਵੀ ਕਰ ਸਕਦੇ ਹੋ। ਵਾਈਫਾਈ ਦਾ ਪੂਰਾ ਸਿਸਟਮ ਹੈ, ਕੈਮਰਾ ਇੱਥੇ ਲਾਇਆ ਗਿਆ ਹੈਗਾ। ਤਾਂ ਬਜ਼ੁਰਗ ਬੈਠੇ ਹੋਏ ਨੇ ਸਾਡੇ ਨਾਲ, ਜਿਨ੍ਹਾਂ ਵੱਲੋਂ ਇਹ ਟਰਾਲੀ ਉਹ ਤਿਆਰ ਕੀਤੀ ਗਈ ਹੈ, ਗੱਲਬਾਤ ਕਰ ਲੈਂਦੇ ਇਹਨਾਂ ਨਾਲ, ਕਿਉਂਕਿ ਅੱਜ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਜ਼ਰੂਰਤ ਬਣ ਗਈ ਇਸ ਕਿਸਾਨੀ ਅੰਦੋਲਨ ਦੇ ਵਿੱਚ। ਜਿਵੇਂ ਆਪਾਂ ਕਹਿ ਦਈਏ ਕਿ ਰੋਟੀ ਕੱਪੜਾ ਅਤੇ ਮਕਾਨ ਹਰ ਇੱਕ ਦੀ ਜ਼ਰੂਰੀ ਵਸਤ ਹੈ, ਤਾਂ ਇਹ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬੂ ਜੀ ਕਿੱਥੋਂ ਆਏ ਤੁਸੀਂ? ਅਸੀਂ ਸੁਲਤਾਨਪੁਰ ਲੋਧੀ ਜੀ, ਤੇ ਪਿੰਡ ਸਾਡਾ ਮਡੇਲ ਕਦੀਮ ਨਾਲੇ ਪਾਸ਼ਾ, ਜਿੱਥੇ ਸੱਚਾ ਸੌਦਾ ਕਰਦੇ ਸੀ ਕਹਿ ਸਕਦੇ ਹਾਂ, ਕਿ ਜਿੱਥੇ ਉਹਨਾਂ ਨੇ ਆਪਣਾ ਮੋਦੀ ਖਾਨਾ ਚਲਾਇਆ ਉੱਥੋਂ ਦੀ ਧਰਤੀ ਤੋਂ ਤੁਸੀਂ ਆਏ ਹੋ। ਤਾਂ ਇਹ ਟਰਾਲੀ 14 ਸਾਲ 9 ਮਹੀਨੇ ਅਤੇ 13 ਦਿਨ ਉਹਨਾਂ ਨੇ ਉੱਥੇ ਮਤਲਬ ਰਹੇ ਆ ਜੀ। ਅਸੀਂ ਦੇਖ ਰਹੇ ਹਾਂ ਤੁਹਾਡੀ ਟਰਾਲੀ ਇੱਕ 5-star ਹੋਟਲ ਤੋਂ ਘੱਟ ਨਹੀਂ ਹੈਗੀ, ਤਾਂ ਕਿੱਦਾਂ ਇਹ ਮਨ ਵਿੱਚ ਆਇਆ ਕਿ ਇੱਦਾਂ ਦੀ ਟਰਾਲੀ ਤਿਆਰ ਕੀਤੀ ਜਾਵੇ? ਟਰਾਲੀ ਇਸ ਕਰਕੇ ਜੀ, ਪਹਿਲਾਂ ਰਹੇ ਸੀ 2.5 ਮਹੀਨੇ ਰਹੇ ਸੀ, ਉਦੋਂ ਗਰਮੀ ਨਹੀਂ ਸੀ ਜੀ, ਤੇ ਮੁੜ ਕੇ ਫਿਰ ਗਰਮੀ ਆ ਗਈ, ਤੇ ਗਰਮੀ ਨੂੰ ਦੇਖਦਿਆਂ ਹੋਇਆ ਫਿਰ ਸਾਨੂੰ ਮੁੜ ਕੇ ਜਾ ਕੇ ਫਿਰ ਅਸੀਂ ਟਰਾਲੀ ਤਿਆਰ ਕਰਵਾ ਕੇ ਤੇ ਹੁਣ ਲੈ ਕੇ ਆਏ ਹਾਂ ਜੀ। ਕਿੰਨਾ ਸਮਾਂ ਲੱਗ ਗਿਆ ਤੁਹਾਡਾ ਇਸ ਟਰਾਲੀ ਨੂੰ ਤਿਆਰ ਕਰਨ ਦੇ? 15-20 ਦਿਨ ਲੱਗੇ ਸੀ ਜੀ। 15-20 ਦਿਨ? ਹਾਂਜੀ।
ਕਿੰਨਾ ਕੁ ਖਰਚਾ ਜਿਹੜਾ ਇਸ ਟਰਾਲੀ ਦਾ? ਖਰਚਾ 2 ਲੱਖ ਰੁਪਈਆ ਆ ਗਿਆ ਸੀ ਜੀ। 2 ਲੱਖ? ਹਾਂਜੀ। ਬਾਪੂ ਜੀ ਕਦੇ ਸੋਚਿਆ ਨਹੀਂ ਕਿ ਅਸੀਂ ਤਾਂ ਕੁਝ ਕੁ ਪਲ ਦੇ ਮਹਿਮਾਨ ਆ ਇੱਥੇ, ਕੀ ਪਤਾ ਕਦੋਂ ਬਿੱਲ ਰੱਦ ਹੋ ਜਾਣੇ ਤੇ ਅਸੀਂ ਚਲੇ ਜਾਣਾ, ਫਿਰ ਇੰਨਾ ਖਰਚਾ ਇਸ ਟਰਾਲੀ ਤੇ ਹੀ ਲਾ ਦਿੱਤਾ? ਨਹੀਂ, ਖਰਚਾ ਲਾਤਾ ਜੀ, ਹੁਣ ਹੁਣ ਮਤਲਬ ਇਹ ਕੋਈ ਅਜੇ ਸਾਨੂੰ ਤਾਂ ਦਿਸਦਾ ਨਹੀਂ ਗਾ ਵੀ, ਜਿੱਦਾਂ ਹੁਣ 4 ਮਹੀਨੇ ਹੋ ਗਏ ਆ ਜੀ, ਤੇ ਅਜੇ ਕੋਈ ਲੜ ਪੱਲਾ ਨਹੀਂ ਫੜਾ ਰਹੇ, ਤੇ ਇਸ ਕਰਕੇ ਕੀ ਪਤਾ ਸਾਲ ਲੱਗਣਾ ਕਿ 6 ਮਹੀਨੇ ਲੱਗਣੇ ਆ, ਤੇ ਉਹ ਇਸ ਕਰਕੇ ਫਿਰ ਅਸੀਂ ਕਿਹਾ ਵੀ ਪੱਕਾ ਪ੍ਰਬੰਧ ਕਰ ਲਿਆ ਵਾ, ਜਦੋਂ ਫਿਰ ਅਸੀਂ ਮੁੜ ਕੇ ਇੱਥੋਂ ਚਲੇ ਜਾਵਾਂਗੇ ਉੱਥੇ, ਫਿਰ ਪਿੰਡ ਜਾ ਕੇ ਜਦੋਂ ਕਿਤੇ ਕਿਸੇ ਮੇਲੇ ਤੇ ਕਿਤੇ ਅਸੀਂ ਗੁਰਦੁਆਰਿਆਂ ਦੇ ਦਰਸ਼ਨ ਕਰਨ ਜਾਇਆ ਕਰਾਂਗੇ, ਉਦੋਂ ਅਸੀਂ ਫਿਰ ਟਰਾਲੀ ਉੱਥੇ ਲੈ ਜਾਇਆ ਕਰਾਂਗੇ। ਇਹ ਟਰਾਲੀ ਨੂੰ ਫਿਰ ਤੁਸੀਂ ਏਦਾਂ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਰੱਖੋ? ਹਾਂਜੀ 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 ਹਾਂਜੀ। ਮੰਨਦੇ ਹੋ ਇਸ ਕਿਸਾਨੀ ਅੰਦੋਲਨ ਇੱਕ ਇਤਿਹਾਸ ਦੇ ਵਿੱਚ ਇਸਦਾ ਨਾਂ ਰਚਿਆ ਜਾਏਗਾ? ਰਚਿਆ ਜਾਏਗਾ ਜੀ, ਹਾਂਜੀ ਹਾਂਜੀ ਰਚਿਆ ਜਾਏਗਾ ਜੀ, ਅਦਾਰਾ ਰਚਿਆ ਜਾਏਗਾ। ਸਰਕਾਰ ਤਾਂ ਪਹਿਲਾਂ ਹੀ ਕਹਿੰਦੀ ਹੈ ਕਿ ਕਿਸਾਨ ਇੱਥੇ ਬੈਠੇ ਹੋਏ ਨੇ, ਐਸ਼ੋ ਆਰਾਮ ਦੀ ਜ਼ਿੰਦਗੀ ਜੀ ਰਹੇ ਨੇ, ਤਾਂ ਪੀਜ਼ੇ ਖਾ ਰਹੇ ਨੇ, ਤਾਂ ਤੁਸੀਂ ਟਰਾਲੀਆਂ ਦੇ ਵਿੱਚ ਵੀ ਏਸੀ ਲਾ ਲਏ ਹੁਣ? ਨਹੀਂ, ਅਸੀਂ ਏਸੀ ਲਾ ਲਿਆ ਜੀ, ਦੇਖੋ ਅਸੀਂ ਮਿਹਨਤ ਕਰਦੇ ਹਾਂ ਜੀ, ਰਾਤ ਨੂੰ ਦਿਨਾਂ ਨੂੰ ਮਿਹਨਤ ਕਰਦੇ ਹਾਂ। ਹੁਣ ਇੱਕ ਆਪਣੇ ਪ੍ਰਧਾਨ ਮੰਤਰੀ ਜਿਹੜਾ ਸੀ ਉਹ ਕਹਿੰਦਾ ਸੀ ਵੀ ਮੈਂ ਚੌਕੀਦਾਰ ਹਾਂ ਜੀ, ਤੇ ਉਹ ਚੌਕੀਦਾਰ ਨਾਂ ਤੇ ਹੋਣ ਤੇ ਜੀ 1.25 ਲੱਖ ਰੁਪਈਏ ਦਾ ਉਹ ਕੁੜਤਾ ਪਾਉਂਦਾ ਵਾ ਜੀ, ਤੇ 1 ਲੱਖ ਰੁਪਈਏ ਦਾ ਪਿੰਨ ਹੁੰਦਾ, 1.5 ਲੱਖ ਦੀਆਂ ਉਹਦੀਆਂ ਐਨਕਾਂ ਹੁੰਦੀਆਂ। ਇੱਕ ਚੌਕੀਦਾਰ ਹੋ ਕੇ ਜਿਹੜਾ ਉਹ ਇੰਨੀਆਂ ਚੀਜ਼ਾਂ ਕਰ ਸਕਦਾ, ਅਸੀਂ ਖੁਦ ਆਪਦੇ ਹੱਥੀਂ ਮਿਹਨਤ ਕਰਦੇ ਹਾਂ, ਮਿਹਨਤੀ ਕਰਕੇ ਤੇ ਅਸੀਂ ਇਹ ਚੀਜ਼ਾਂ ਆਪਦੇ ਸ਼ੌਂਕ ਪੂਰੇ ਕਰਦੇ ਹਾਂ। ਜੇ ਅਬਾਨੀ ਦੀ ਘਰ ਵਾਲੀ 3 ਲੱਖ ਦੇ ਕੱਪ ਦੇ ਵਿੱਚ ਚਾਹ ਪੀ ਸਕਦੀ ਆ, ਤੇ ਕੀ ਗੱਲ, ਅਸੀਂ ਨਹੀਂ ਇਹ ਚੀਜ਼ਾਂ ਆਪਦੀਆਂ ਬਣਾ ਸਕਦੇ ਆਪਦੀ ਮਿਹਨਤ ਕਰਕੇ? ਉਹ ਲੋਕਾਂ ਦੇ ਸਿਰਾਂ ਤੋਂ ਬਣਾਉਂਦੇ ਆ, ਲੋਕਾਂ ਦੇ ਸਿਰਾਂ ਤੋਂ ਕਮਾਈ ਮਤਲਬ ਕਰਕੇ ਬਣਾਉਂਦੇ ਆ, ਅਸੀਂ ਖੁਦ ਆਪ ਆਪਦੀ ਮਿਹਨਤ ਕਰਕੇ ਤੇ ਅਸੀਂ ਤਿਆਰ ਕਰਦੇ ਹਾਂ ਕਰਕੇ, ਤੇ ਫਿਰ ਅਸੀਂ ਮਤਲਬ ਲੋਕਾਂ ਦੇ ਸਾਡੇ ਭੈਣ ਭਰਾ ਜੋ ਵਾ ਉਹਨਾਂ ਦੇ ਮਤਲਬ ਢਿੱਡ ਭਰਦੇ ਹਾਂ। ਅਤੇ ਜੇ ਹੁਣ ਸਾਨੂੰ ਇਹਨਾਂ ਨੇ ਮਤਲਬ ਕੋਈ ਸਾਡਾ ਹੱਕ ਅਸੀਂ ਮੰਗਦੇ ਹਾਂ ਅਤੇ ਨਹੀਂ ਦਿੰਦੇ, ਜੇ ਹੁਣ ਕਿਸੇ ਨੂੰ ਭੁੱਖ ਲੱਗੀ ਹੋਵੇ ਤੇ ਉਹ ਰੋਟੀ ਤਾਂ ਹੀ ਮੰਗਦਾ ਹਨਾ, ਜਦੋਂ ਅਸੀਂ ਕਹਿੰਦੇ ਹਾਂ ਵੀ ਸਾਨੂੰ ਇਸ ਲੋੜ ਹੀ ਨਹੀਂ ਹੈ, ਕਹਿੰਦੇ ਅਸੀਂ ਤੁਹਾਡੀ ਆਮਦਨ ਦੁੱਗਣੀ ਕਰਨੀ ਆ, ਅਸੀਂ ਕਹਿੰਦੇ ਵੀ ਨਹੀਂ ਕਰਨੀ, ਵੀ ਸਾਨੂੰ ਇੰਨੀ ਰਹਿਣ ਦਿਓ, ਜਿੰਨੀ ਹੈਗੀ ਉਨੀ ਰਹਿਣ ਦਿਓ, ਤੇ ਇਹ ਕਹਿੰਦੇ ਦੁੱਗਣੀ ਕਰਨੀ ਆ, ਤੇ ਬਸ ਗੱਲ ਤਾਂ ਆਹੀ ਆ ਨਾ, ਇਹ ਧੱਕੇ ਦੇ ਨਾਲ ਮਤਲਬ ਕਰੀ ਜਾਂਦੇ। ਇਹ ਉਹਨਾਂ ਦੇ ਮਤਲਬ ਜੋ ਵੀ ਉਹ ਕਹਿ ਰਹੇ ਆ, ਮਤਲਬ ਜਿਹੜੇ ਵੱਡੇ ਘਰਾਣੇ ਆ ਉਹਨਾਂ ਦੀ ਜੋ ਵੀ ਮਤਲਬ ਪੱਖ ਦੇ ਵਿੱਚ ਇਹ ਚੀਜ਼ਾਂ ਨੂੰ ਲੈ ਰਹੇ ਆ ਤੇ ਕਿਸਾਨਾਂ ਨੂੰ ਖਰਾਬ ਕਰ ਰਹੇ ਆ। ਬਾਪੂ ਜੀ ਅਜੇ ਵੀ ਕਿਤੇ ਨਾ ਕਿਤੇ ਇਹ ਜੇ ਜੋ ਤੁਸੀਂ ਚੀਜ਼ ਸਿਰਜ ਕੇ ਰੱਖ ਦਿੱਤੀ ਆ, ਪਰ ਇਹ ਤਾਂ ਕਹਿੰਦੇ ਸੀ ਕਿਸਾਨ ਅਨਪੜ੍ਹ ਹੈਗੇ ਆ, ਕੀ ਪਤਾ ਇਹ ਤਾਂ ਬਸ ਇੱਥੇ ਰਹਿਣ ਵਾਲੇ ਨੇ, ਖੇਤਾਂ ਦੇ ਵਿੱਚ ਕੰਮ ਕਰਦੇ ਸੀ, ਇਹਨਾਂ ਨੂੰ ਤਾਂ ਬਿੱਲਾਂ ਦੀ ਵੀ ਸਮਝ ਨਹੀਂ ਆਉਣੀ। ਹੁਣ ਨਹੀਂ ਹੈ, ਹੁਣ ਤਾਂ ਸਭ ਬੱਚੇ ਦੇਖੋ ਜੀ, ਪਹਿਲਾਂ ਠੀਕ ਸੀ, ਅੱਜ ਤੋਂ 40-50 ਸਾਲ ਪਹਿਲਾਂ ਜਿਹੜੇ ਨਹੀਂ ਸੀ ਮਤਲਬ, ਹੁਣ ਤਾਂ ਸਰ ਜਦੋਂ 2 ਸਾਲ ਦਾ ਬੱਚਾ ਹੁੰਦਾ ਉਹਨੂੰ ਸਕੂਲੇ ਪਾ ਦਿੰਦੇ ਆ ਜੀ, 2 ਸਾਲ 2.5 ਸਾਲ ਦੇ ਬੱਚੇ ਨੂੰ ਸਕੂਲੇ ਪਾ ਦਿੰਦੇ, ਹੁਣ ਕਿੱਦਾਂ ਕਹਿ ਸਕਦੇ ਵੀ ਅਨਪੜ੍ਹ ਆ? ਸਭ ਬੱਚਿਆਂ ਨੂੰ ਪਤਾ, ਸਾਰੇ ਮੋਬਾਈਲ ਚਲਾਉਂਦੇ ਆ, ਕੰਪਿਊਟਰ ਚਲਾਉਂਦੇ ਆ, ਕਿ ਉਹਨਾਂ ਨੂੰ ਸਭ ਪਤਾ ਲੱਗ ਰਿਹਾ ਵੀ ਹੁਣ ਇਸ ਵੇਲੇ ਸਾਰੇ ਨਿੱਕੇ ਬੱਚੇ ਨੂੰ ਤੁਸੀਂ ਪੁੱਛ ਸਕਦੇ ਜਾ ਕੇ ਵੀ ਸਾਡੇ ਜਿਹੜੇ ਕਿਸਾਨ ਭਰਾ ਉੱਥੇ ਬੈਠੇ ਕਿਹੜੀ ਗੱਲ ਤੋਂ ਬੈਠੇ ਆ, ਕਿਉਂ ਬੈਠੇ ਆ, ਉਹ ਸਾਰਾ ਕੁਝ ਦੱਸਣਗੇ ਜੀ, ਅਤੇ ਇਸ ਵਿੱਚ ਇਹ ਕਿੱਦਾਂ ਕਹਿ ਦੇਣਗੇ ਵੀ ਸਾਨੂੰ ਨਪੜ੍ਹ ਵਾ? ਜੇ ਨਪੜ੍ਹ ਹੁੰਦੇ ਤਾਂ ਹੁਣ ਨੂੰ ਇਹ ਅੰਦੋਲਨ ਜਿਹੜਾ ਖਤਮ ਹੋ ਜਾਣਾ ਸੀ ਜੀ। ਇਹ ਸਾਰਾ ਕਿਸਾਨਾਂ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਇਸ ਦੇ ਬਾਰੇ, ਅਤੇ ਇਸ ਕਰਕੇ ਅਸੀਂ ਡਟੇ ਹੋਏ ਹਾਂ, ਅਸੀਂ ਹੁਣ ਮਤਲਬ ਉਨ੍ਹਾਂ ਚਿਰ ਇੱਥੇ ਡਟੇ ਰਹਾਂਗੇ ਜਿੰਨਾ ਚਿਰ ਸਾਨੂੰ ਇਹ ਸਾਡੇ ਹੱਕ ਨਹੀਂ ਦਿੰਦੇ ਜੀ। ਫਿਰ ਇਹ ਜਿਹੜੀ ਟਰਾਲੀ ਤੁਸੀਂ ਵਧੀਆ ਤਰੀਕੇ ਨਾਲ ਇੱਕ 5-star ਹੋਟਲ ਬਣਾਇਆ ਹੋਇਆ, ਤਾਂ ਲੋਕ ਵੀ ਤੁਹਾਨੂੰ ਇੱਥੇ ਦੇਖਣ ਆਉਂਦੇ ਹੋਣੇ ਬਹੁਤ? ਹਾਂਜੀ ਆਉਂਦੇ ਆ ਜੀ, ਆਉਂਦੇ ਆ, ਬਹੁਤ ਆਉਂਦੇ ਆ ਵੇਖਣ, ਕਰਦੇ ਫੋਟੋਆਂ ਵੀ ਖਿੱਚਦੇ? ਹਾਂਜੀ ਹਾਂਜੀ, ਫੋਟੋ ਵੀ ਖਿੱਚਦੇ ਹਾਂ, ਸਭ ਕੁਝ ਮਤਲਬ ਦੇਖਦੇ ਆ, ਕਹਿੰਦੇ ਵੀ ਬਹੁਤ ਸੋਹਣਾ ਵਾ, ਇਸ ਤਰ੍ਹਾਂ ਵੇਖ ਵੇਖ ਕੇ ਹੁਣ ਹੋਰ ਵੀ ਬਣਾਈ ਜਾਂਦੇ ਆ। ਕਹਿੰਦੇ ਸੀ ਪਾਸੇ ਤਾਂ ਖੇਤਾਂ 'ਚ ਹੀ ਕੰਮ ਕਰਨ ਜੋਗੇ ਆ, ਪਰ ਆਹ ਜਿਹੜਾ ਤੁਸੀਂ ਚੀਜ਼ ਬਣਾ ਕੇ ਲੈ ਕੇ ਆਏ, ਇੱਕ ਸਰਕਾਰ ਨੂੰ ਵੀ ਇਹ ਮੈਸੇਜ ਹੈਗਾ? ਹਾਂਜੀ ਹੈਗਾ ਜੀ, ਸਰਕਾਰ ਤਾਂ ਨਹੀਂ ਸੋਚਦੀ ਜੀ, ਸਰਕਾਰ ਸਾਡਾ ਨਹੀਂ ਸੋਚਦੀ, ਜ਼ਿਮੀਦਾਰਾਂ ਦਾ ਕੋਈ ਨਹੀਂ ਸੋਚਦੀ, ਸਿਰਫ ਉਹ ਆਪਣੋ ਆਪਣਾ ਸੋਚ ਰਹੀ ਆ। ਜੇ ਸਰਕਾਰ ਸੋਚਦੀ ਹੋਵੇ ਤਾਂ ਇੱਥੋਂ ਤੱਕ ਸਾਨੂੰ ਆਉਣਾ ਹੀ ਨਹੀਂ ਪੈਣਾ ਜੀ, ਉਹ ਮਤਲਬ ਸਰਕਾਰ ਸਾਡਾ ਸੋਚਦੀ ਹੋਵੇ ਤਾਂ ਸਾਨੂੰ ਇੱਥੋਂ ਤੱਕ ਆਉਣਾ ਨਹੀਂ ਸੀ ਪੈਣਾ, ਕਿਉਂ ਸੜਕਾਂ 'ਤੇ ਬੈਠੇ, ਗਰਮੀਆਂ 'ਚ ਬੈਠੇ ਹਾਂ, ਹੁਣ ਅਸੀਂ ਤਾਂ ਚਲੋ ਠੀਕ ਆ, ਅਸੀਂ ਪੈਸੇ ਲਾ ਕੇ ਲਾ ਸਕਦੇ ਸੀ ਅਤੇ ਅਸੀਂ ਟਰਾਲੀ ਬਣਾ ਲਈ, ਹੁਣ ਤੁਸੀਂ ਜਾ ਕੇ ਦੇਖੋ ਆਸੇ ਪਾਸੇ ਕਈ ਕਿੱਦਾਂ ਦੇ ਵਿਚਾਰੇ ਝੁੱਗੀਆਂ ਦੇ ਵਿੱਚ ਬੈਠੇ ਆ, ਗਰਮੀ ਦੇ ਵਿੱਚ ਇੰਨੀ 'ਚ ਠੰਡ 'ਚ ਬੈਠੇ ਸੀ, ਚਲੋ ਠੰਡ 'ਚ ਅਸੀਂ ਲੀੜਾ ਕੱਪੜਾ ਲੈ ਸਕਦੇ ਹਾਂ ਅਤੇ ਗਰਮੀ ਦੇ ਵਿੱਚ ਅਸੀਂ ਲੀੜਾ ਕੱਪੜਾ ਨਹੀਂ ਲੈ ਸਕਦੇ, ਮੱਛਰ ਵੀ ਆ, ਤੇ ਅਸੀਂ ਆਪਦੇ ਹੱਕ ਦੇ ਵਾਸਤੇ ਇਹ ਜੋ ਕੁਝ ਕਰ ਰਹੇ ਹਾਂ ਆਪਣੇ ਹੱਕ ਵਾਸਤੇ ਕਰ ਰਹੇ ਹਾਂ। ਦੇਖ ਲਈਏ ਬਾਪੂ ਜੀ, ਇਸ ਟਰਾਲੀ ਦੇ ਨਾਲ ਇੱਕ ਹੋਰ ਤੁਸੀਂ ਟਰਾਲੀ ਜਿਹੜੀ ਤਿਆਰ ਕਰਕੇ ਲੈ ਕੇ ਆਓ, ਸਾਨੂੰ ਉਹ ਵੀ ਜ਼ਰੂਰ ਦਿਖਾ ਦਿਓ ਤੁਸੀਂ, ਕਿ ਦਰਸ਼ਕੋ ਤੁਹਾਨੂੰ ਦਿਖਾਵਾਂਗੇ ਇਹਦੇ ਨਾਲ ਇੱਕ ਹੋਰ ਬਹੁਤ ਵੱਡੀ ਸਾਰੀ ਟਰਾਲੀ ਹੈ, ਜੇ ਆਪਾਂ ਕਹਿ ਸਕਦੇ ਹਾਂ ਕਿ ਉਹ ਵੀ ਇੱਕ ਪੂਰੇ 5-star ਹੋਟਲ ਵਾਂਗੂ ਬਣਾਈ ਹੋਈ ਹੈ। ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਤਾਂ ਤੁਸੀਂ ਦਰਸ਼ਨ ਕੀਤੇ ਆ ਕਿ ਕਿੰਨਾ ਵਧੀਆ ਤਰੀਕੇ ਨਾਲ ਜਿਹੜਾ ਘਰ ਹੈ ਉਹ ਬਣਾਇਆ ਹੋਇਆ, ਕਿਉਂਕਿ ਹੁਣ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਅਤੇ ਉਹਨੂੰ ਦੇਖਦਿਆਂ ਹੋਇਆ ਹਰ ਇੱਕ
किसान इत्थे वधिया तो वधिया जिहड़ा उपराला उह कर रिहा। तुसीं देख सकदे सी कि वांस दे घर पै रहे सी, छन्ना पै रहियां सी वधिया तरीके नाल। तां उत्थे ही तुसीं देखो कि होर भी वधिया तरीके नाल जिहड़ी हुण तैयारी आ उह कीती जा रही, ट्रॉलियां नूं ही घर बनाया जा रहा। सो तुहानूं दिखावांगे असीं कि ये ट्राली है, बहुत लंबी हैगी आ। असी ये भी जरूर जाणांगे कि किन्नी जिहड़ी ट्राली आ उह लंबी हैगी आ। देखो तुसीं किस तरह एक पौड़ियां उपर बनाईआं होईआं कि जुत्ती बाहर ला के तुसीं अंदर जा सकदे हो। तां इत्थे सारा जोड़ियां दा भी एक बॉक्स बना के रख्या होया। अंदरों तुहानूं दिखावांगे कि ये ट्रॉली दा जिहड़ा दृश्य हैगा कि 5-स्टार होटल जिस तरह हुंदे ने उस तरह ये ट्रॉली है जिहड़ी उह बनी हुई है। एक पासे सोफा भी पिया तुसीं देख सकदे हो, तां बैड भी लगे हुए ने, अगे LCD लाई हुई है, AC भी लग चुका तुसीं देख सकदे हो। भी सारा ही प्रबंध है जिहड़ा उह वधिया तरीके नाल कीता। बापू जी किन्नी लंबी ट्राली हैगी है जिहड़ी? इह जी अपने हैगी 18 फुट ही है जी। 18 फुट लंबी? नहीं 20 फुट। 20 फुट लंबी? हाँ 20 फुट जी। इह तुसीं बहुत वड्डी ट्राली है, फिर किवें लैके आए, इहनूं किवें मैनेज कीता तुसीं? नहीं इहनूं इदां ही जिद्दां मगर ट्रैक्टर दे पा के मगर लैंदी सी। ओके। हाँ जी हाँ जी, मतलब वड्डी सी, कोई नहीं मतलब सी बड़ाई ट्राली है या किसी होर दी? इह अपने लागे इत्थे काला संघियां तों जी, उन्हां दी खैरा जी, उह मुंडे दा नाम जी, उन्हां दी अपने। इह फिर वॉलपेपर लाया होया सारे? हाँ जी हाँ जी, वॉलपेपर लाया है वा, पल्ले प्लाई ला के वॉलपेपर लाया है वा, उत्ते फिर सीलिंग कीती है। इहदे ते तुहाडा किन्ना कु खर्चा जिहड़ा आ गया? इहदे मैनूं मैं 1.5 लाख कहिंदे सी मैनूं। नहीं ये उन्हें मैनू, मैं आप कुछ किया सारा बाहरों कराया सी, लख रुपया कह रहा मैं बात जी, उन्हें आपके हथी काम किया ज्यादा जी। हाँ जी। सो दर्शको तुसी देख सकते हो तस्वीर तुहानू दिखा रहे हैं कि किन्ने वधिया तरीके जी पूरी 5-स्टार होटल वांगू ट्राली जी बनाई हुई है। ਹੁਣ ਇਸ ਕਿਸਾਨੀ ਅੰਦੋਲਨ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਜਿਹੜੇ ਪ੍ਰਬੰਧ ਆ ਕੀਤੇ ਜਾ ਰਹੇ ਨੇ ਗਰਮੀਆਂ ਨੂੰ ਲੈ ਕੇ, ਕਿਉਂਕਿ ਸਰਦੀਆਂ ਤਾਂ ਕੱਟਣੀਆਂ ਕੋਈ ਔਖੀਆਂ ਨਹੀਂ ਸੀ, ਗਰਮੀ ਦੀ ਗੱਲ ਆਉਂਦੀ ਹੈ ਤਾਂ ਗਰਮੀ ਦੀ ਜਿੱਥੇ ਗੱਲ ਕਰਦੇ ਤਾਂ ਬਹੁਤ ਜ਼ਿਆਦਾ ਪ੍ਰੋਬਲਮਸ ਕ੍ਰੀਏਟ ਹੋ ਜਾਂਦੀਆਂ ਨੇ। ਤੁਸੀਂ ਦੇਖ ਸਕਦੇ ਮੱਛਰ ਮੱਖੀਆਂ ਵੀ ਆ ਜਾਂਦੀਆਂ ਨੇ। ਤਾਂ ਜਿਹੜੇ ਤੱਪੜ ਵਗੈਰਾ ਪਾਏ ਹੋਏ ਸੀ, ਚਾਦਰਾਂ ਪਾਈਆਂ ਹੋਈਆਂ ਸੀ, ਉਹ ਤੱਪਣ ਲੱਗ ਜਾਂਦੀਆਂ ਨੇ। ਤਾਂ ਉਸੇ ਨੂੰ ਦੇਖਦਿਆਂ ਹੋਇਆਂ ਹੁਣ ਵੱਖਰੇ ਵੱਖਰੇ ਤਰੀਕੇ ਨਾਲ ਜਿਹੜੇ ਪ੍ਰਬੰਧ ਆ ਉਹ ਕੀਤੇ ਜਾ ਰਹੇ ਨੇ। ਸੋ ਬਣੇ ਰਹੋ ਰੰਗਲਾ TV ਦੇ ਨਾਲ, ਇਸੇ ਹੀ ਤਰ੍ਹਾਂ ਤੁਹਾਨੂੰ ਕਿਸਾਨੀ ਅੰਦੋਲਨ ਦੇ ਰੰਗ ਦਿਖਾਉਂਦੇ ਰਹਾਂਗੇ। ਤਦ ਤੱਕ ਲਈ ਇਜਾਜ਼ਤ ਦਿਓ, ਧੰਨਵਾਦ।